ਵਾਹਿਗੁਰੂ ਜੀ ਕੀ ਫਤਿਹ। ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ ਸਰੀ ਦੇ ਵਿੱਚ ਅਸੀਂ ਅੱਜ ਜਿਹੜਾ ਪ੍ਰੋਗਰਾਮ ਕੀਤਾ, ਇੱਕੋ ਸਿੱਖ ਨੇ ਸੰਗਤ ਦੇ ਨਾਲ 550 ਰੁੱਖ ਗੁਰੂ ਦੇ ਨਾਂ ਅਤੇ ਗੁਰੂ ਨਾਨਕ ਬਾਗ ਦੀ ਸਾਂਝ ਜਿਹੜੀ ਅਸੀਂ ਕੀਤੀ ਹੈ ਅਤੇ ਨਾਲ ਲਿਟਲ ਗਾਰਡਨਰ ਮੂਵੀ ਦਿਖਾਈ ਆ। ਭਾਈ ਸਾਹਿਬ ਜੀ, ਤੁਸੀਂ ਇੱਕੋ ਸਿੱਖ ਪ੍ਰੋਜੈਕਟ ਬਾਰੇ ਕੁਛ ਕਹਿਣਾ ਚਾਹੋਗੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਕੁਛ ਇਸ ਬਾਰੇ ਕਹਿਣਾ ਚਾਹੁੰਦਾ ਔਰ ਬਹੁਤ ਕੁਛ ਇਹਦੇ ਬਾਰੇ ਸਿੱਖਣਾ ਵੀ ਚਾਹੁੰਦਾ। ਜੋ ਕੁਛ ਮੈਂ ਦੇਖਿਆ, ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਔਰ ਮੈਂ ਪੂਰੀ ਸਿੱਖ ਪੰਥ ਨੂੰ, ਪੂਰੀ ਸਾਧ ਸੰਗਤ ਨੂੰ, ਪੂਰੀ ਹਿਊਮਨਿਟੀ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ, ਰਲ ਮਿਲ ਕੇ ਜਿੰਨਾ ਵੀ ਅਸੀਂ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਪਾ ਸਕੀਏ ਸਾਨੂੰ ਪਾਉਣਾ ਚਾਹੀਦਾ। ਇਸ ਵੇਲੇ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜ਼ਰੂਰਤ ਇੱਕ ਇਨਵਾਇਰਮੈਂਟ ਨੂੰ ਠੀਕ ਕਰਨ ਦੀ ਹੈ। ਸਾਨੂੰ ਅਗਰ ਇਨਵਾਇਰਮੈਂਟ ਠੀਕ ਹੈ ਤਦ ਹੀ ਅਸੀਂ ਜਿੰਦਾ ਰਹਿ ਸਕਦੇ ਹਾਂ, ਸਾਡੇ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨ ਹੈ ਉਹ ਜਿੰਦਾ ਰਹਿ ਸਕਦੀ ਹੈ। ਇਹ ਬਹੁਤ ਬਹੁਤ ਇੰਪੋਰਟੈਂਟ ਪ੍ਰੋਜੈਕਟ ਹੈ, ਇਸ ਦੇ ਵਿੱਚ ਵੱਧ ਚੜ੍ਹ ਕੇ ਸਾਰੇ ਹਿੱਸਾ ਕਰੋ। ਨਾਲ ਹੀ ਸਾਡੇ ਕੋਲ ਸਿਮਰਤਪਾਲ ਸਿੰਘ ਨੇ ਜਿਹੜੇ ਇੱਥੋਂ ਦੇ ਇਨਵਾਇਰਮੈਂਟਲ ਇੰਜੀਨੀਅਰ ਨੇ ਅਤੇ ਇੱਥੋਂ ਦੇ ਵਾਟਰ ਰਿਸੋਰਸਿਸ ਦੀ ਇਹਨਾਂ ਨੂੰ ਜਾਣਕਾਰੀ। ਸਿਮਰਤ ਜੀ, ਤੁਸੀਂ ਜਿਹੜਾ ਸਪੈਸ਼ਲੀ ਆਪਣੇ ਇਸ ਬੈਲਟ ਦਾ, BC ਦਾ ਜਿਹੜਾ ਅੱਗੇ ਆਉਣ ਵਾਲੇ ਸਮੇਂ 'ਚ ਕੀ ਹੈ ਸਕੋਪ ਪਾਣੀ ਦਾ, ਜਾਂ ਇੱਥੇ ਕੋਈ ਤਰਾਸਦੀਆਂ ਆਉਣ ਵਾਲੀਆਂ, ਜਾਂ ਕੀ ਕਿੱਦਾਂ ਚੱਲ ਰਿਹਾ ਇੱਥੇ ਮਾਹੌਲ, ਉਹਦੇ ਬਾਰੇ ਕੁਛ ਕਹੋ ਜੀ। ਜੇ ਆਪਾਂ BC ਦੀ ਗੱਲ ਕਰੀਏ ਜਾਂ ਪੂਰੇ ਕੈਨੇਡਾ ਦੀ ਗੱਲ ਕਰੀਏ, ਇੱਥੇ ਇਨਵਾਇਰਮੈਂਟ ਨੂੰ ਸਾਂਭਣ ਵਾਸਤੇ ਜਿੰਨਾ ਯਤਨ ਹੁੰਦਾ ਉਹ ਇੰਡੀਆ 'ਚ ਨਹੀਂ ਹੈ ਜੀ। ਇੰਡੀਆ ਦੇ ਕੰਪੈਰੇਟਿਵਲੀ ਇੱਥੇ ਬਹੁਤ ਸਾਂਭਦੇ ਆ ਗਰਾਊਂਡ, ਚਾਹੇ ਉਹ ਗਰਾਊਂਡ, ਮੈਂ ਗਰਾਊਂਡ ਵਾਟਰ ਰਿਸੋਰਸਿਸ ਦੀ ਇੰਡਸਟਰੀ ਨਾਲ ਰਿਲੇਟਿਡ ਹਾਂ ਅਤੇ ਉਹ ਬਹੁਤ ਜ਼ਿਆਦਾ ਸਾਂਭ ਕੇ ਰੱਖਿਆ। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੰਟੈਮੀਨੇਸ਼ਨ ਜੇ ਹੈ ਤਾਂ ਉਹਨੂੰ ਉਹ ਭਾਲਦੇ ਆ ਅਤੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ। ਅਤੇ ਤੁਹਾਨੂੰ ਕੀ ਲੱਗਦਾ ਜਿਹੜੀ ਸਿੱਖਾਂ ਵੱਲੋਂ ਪਾਣੀ ਦੀ ਵੇਸਟੇਜ ਹੋ ਰਹੀ ਹੈ ਜਾਂ ਅਸੀਂ ਕੰਜ਼ਰਵੇਟਿਵ ਵੇ ਨਾਲ ਚੱਲ ਰਹੇ ਹਾਂ ਜੀ? ਇੱਥੇ ਜਿਹੜੇ ਵੇਸਟ ਕਰਨ ਦਾ ਜਿਹੜਾ ਸਿੱਟਾ ਹੈ ਉਹ ਮਹਿੰਗਾ ਹੀ ਪੈਂਦਾ, ਕਿਉਂਕਿ ਇੱਥੇ ਐਕਸਪੈਂਸਿਵ ਹੁੰਦਾ ਹੈ ਵਾਟਰ ਨੂੰ, ਜਿਹੜਾ ਇੰਡੀਆ 'ਚ ਸਸਤਾ ਮਿਲ ਜਾਂਦਾ ਇੱਥੇ ਪਾਣੀ ਮਹਿੰਗਾ ਹੈ। ਅਤੇ ਉਹ ਉਸੇ ਕਾਰਨ ਕਰਕੇ ਜਿਹੜੇ ਵੇਸਟੇਜ ਲੋਕ ਘੱਟ ਕਰਦੇ ਆ। ਅਤੇ ਇਹ ਸਰਕਾਰ ਦੀ ਜਿਹੜੀ ਇੱਥੇ ਦੀ ਰੂਲਸ ਐਂਡ ਰੈਗੂਲੇਸ਼ਨ ਜਿਹੜੀ ਆ ਵਾਟਰ ਰਿਸੋਰਸਿਸ ਅਤੇ ਹੋਰ ਸਾਰੇ ਨੈਚੁਰਲ ਰਿਸੋਰਸਿਸ ਨੂੰ ਸਾਂਭਣ ਵਾਸਤੇ ਉਹ ਬਹੁਤ ਵਧੀਆ ਜੀ। ਅਤੇ ਉਹ ਜਿਹੜੀ ਹੈ ਉਹ ਇੰਡੀਆ 'ਚ ਤਾਂ ਚਲੋ ਹਜੇ ਚਾਹੇ ਰੈਗੂਲੇਸ਼ਨ ਹੋਣ ਪਰ ਉਹ ਲਾਗੂ ਨਹੀਂ ਹੋਣਗੇ ਅਤੇ ਇੱਥੇ ਪੰਜਾਬ ਵਿੱਚ ਜਿਹੜੀ ਮੁਸ਼ਕਲ ਹੈ ਜ਼ਿਆਦਾ ਵੱਡੀ ਹੈ, ਜ਼ਿਆਦਾ ਵੱਡੀ ਹੈ ਅਤੇ ਇੱਥੇ ਲਾਗੂ ਹੈ ਜੀ ਅਤੇ ਇਸ ਕਰਕੇ ਇਹ ਖੁਸ਼ਹਾਲ ਹੈ। ਬਿਲਕੁਲ ਬਿਲਕੁਲ। ਸੋ ਪੰਜਾਬ ਦੇ ਵਾਸੀਆਂ ਵਾਸਤੇ ਤੁਸੀਂ ਕੋਈ ਸੁਨੇਹਾ ਦਿਓ ਵੀ ਅਸੀਂ ਅੱਗੇ ਜਿਹੜਾ ਹੁਣ ਈਕੋ ਸਿੱਖ ਦਾ ਪ੍ਰੋਜੈਕਟ ਹੈ ਇਹਦੇ ਥਰੂ ਪੰਜਾਬੀਆਂ ਨੂੰ ਉੱਥੇ ਖਾਸ ਕਰਕੇ ਸਿੱਖਾਂ ਨੂੰ ਅਸੀਂ ਕੀ ਸੁਨੇਹਾ ਦੇਈਏ ਤੁਹਾਡੇ ਵੱਲੋਂ? ਸੁਨੇਹਾ ਇਹੀ ਹੈ ਕਿ ਜਿਹੜਾ ਪਾਣੀ ਹੈ ਉਹ ਬਹੁਤ ਕੀਮਤੀ ਹੈ। ਹਾਂਜੀ। ਅਤੇ ਇਹ ਜਿਹੜਾ ਸਰੀਰ ਹੈ ਆਪਣਾ ਪੰਜਾਂ ਤੱਤਾਂ ਦਾ ਬਣਿਆ, ਇਹ ਹਵਾ, ਅਗਨੀ, ਪਾਣੀ, ਜਲ ਅਤੇ ਇਹ ਪੰਜ ਤੱਤ ਨੇ ਜਿਹੜੇ ਨੇ, ਇਸ ਕਰਕੇ ਪਾਣੀ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਜੇ ਪਾਣੀ ਨੂੰ ਨਹੀਂ ਸਾਂਭਿਆ ਤਾਂ ਇੱਕ ਬਹੁਤਾ ਚਿਰ ਨਹੀਂ ਆਪਾਂ ਕੱਢ ਸਕਦੇ ਇਸ ਦੁਨੀਆ ਦੇ ਵਿੱਚ। ਪੰਜਾਬ ਦੇ ਸਿੱਖ ਵੀ ਪਾਣੀ ਦੀ ਕੀਮਤ ਨੂੰ ਸਮਝ ਲੈਣ ਤਾਂ ਚੰਗਾ ਹੋਵੇਗਾ, ਨਹੀਂ ਤਾਂ ਫਿਰ ਫਿਊਚਰ ਵਾਸਤੇ ਇਹ ਡੇਂਜਰਸ ਹੈ ਕਾਫੀ। ਜੇ ਕਲਾਈਮੇਟ ਚੇਂਜ ਜਿਹੜਾ ਹੋ ਰਿਹਾ ਜੀ, ਉਹਦਾ ਪ੍ਰਭਾਵ ਇੱਥੇ ਕੈਨੇਡਾ ਦੇ ਵਿੱਚ ਵੀ ਨਜ਼ਰ ਆ ਰਿਹਾ? ਜ਼ਰੂਰ ਹੈ ਜੀ, ਕਿਉਂਕਿ ਟੈਂਪਰੇਚਰ ਉਹ ਵੱਧਦਾ ਜਾ ਰਿਹਾ, ਗਰਮੀਆਂ ਦਾ ਜਿਹੜਾ ਐਵਰੇਜ ਟੈਂਪਰੇਚਰ ਹੈ, ਜਿਹੜਾ ਆਪਣਾ ਵੈਦਰ ਹੈ, ਕਿੰਨਾ ਕਿੰਨਾ ਉਹ ਬਹੁਤ ਜ਼ਿਆਦਾ ਨਹੀਂ, ਇਹ 1 ਡਿਗਰੀ ਨਾਲ ਹੀ ਬਹੁਤ ਫਰਕ ਪੈ ਜਾਂਦਾ ਜੀ। ਹਾਂਜੀ। ਜੇ 1 ਡਿਗਰੀ ਮੀਨ ਜਿਹੜਾ ਐਵਰੇਜ ਟੈਂਪਰੇਚਰ ਹੈ ਉਹ 1 ਡਿਗਰੀ ਵੀ ਜੇ ਵੱਧ ਰਿਹਾ ਕਈ ਸਾਲਾਂ ਦੇ ਵਿੱਚ ਤਾਂ ਉਹ ਵੀ ਬਹੁਤ ਇੱਕ ਡੇਂਜਰਸ ਹੈ। ਮੈਂ ਇੱਕ ਫੋਟੋ ਦੇਖੀ ਸੀ ਸੋਸ਼ਲ ਮੀਡੀਆ 'ਤੇ, ਐਟਲਾਂਟਿਕ ਓਸ਼ਨ ਵਿੱਚ ਜਿਹੜੇ ਬਰਫ਼ ਦੇ ਸਮੁੰਦਰ ਦੇ ਉੱਤੇ ਬਰਫ਼ ਜੰਮੀ ਹੁੰਦੀ ਹੈ ਅਤੇ ਨਾਲ ਪਹਾੜਾਂ ਦੇ ਉੱਤੇ ਬਰਫ਼ ਜੰਮੀ ਹੁੰਦੀ ਗਲੇਸ਼ੀਅਰ ਦੇ ਉੱਤੇ ਉਹ ਘੱਟਦੀ ਜਾ ਰਹੀ ਹੈ ਜੀ, ਅਤੇ ਉਹ ਪਿਘਲ ਰਹੀ ਹੈ, ਇਸ ਕਰਕੇ ਇਹਦਾ ਇਫੈਕਟ ਪੈ ਰਿਹਾ। ਇੱਥੇ ਹਜੇ ਨਹੀਂ ਜ਼ਿਆਦਾ ਸਾਨੂੰ ਮਹਿਸੂਸ ਹੁੰਦਾ, ਪਰ ਉੱਥੇ ਜਿਹੜੀ ਈਸਟ ਦੇ ਵਿੱਚ ਕੰਟਰੀਜ਼ ਹੈ ਜਿਹੜੀ, ਉੱਥੇ ਗਰਮੀ ਤਾਂ ਤੁਹਾਨੂੰ ਜ਼ਿਆਦਾ ਲੱਗ ਰਿਹਾ ਹੋਵੇਗਾ ਕਿ ਜ਼ਿਆਦਾ ਵੱਧ ਰਿਹਾ ਟੈਂਪਰੇਚਰ। ਕਹਿਣ ਤੋਂ ਭਾਵ ਹੈ ਕਿ ਚਾਹੇ ਪੋਲਿਊਸ਼ਨ ਆਪਾਂ ਕਿਤੇ ਵੀ ਕਰ ਰਹੇ ਹਾਂ ਉਹ ਕਿਤੇ ਉਹਦਾ ਨਸਰ ਜਿਹੜਾ ਹੈਗਾ ਪੂਰੀ ਦੁਨੀਆ ਦੇ ਉੱਤੇ ਨਜ਼ਰ ਆ ਰਿਹਾ, ਤਾਂ ਆਪਾਂ ਨੂੰ ਰਲ ਮਿਲ ਕੇ ਗਲੋਬਲ ਤੌਰ 'ਤੇ ਇਹਦੇ 'ਤੇ ਹਮਲਾ ਮਾਰਨ ਦੀ। ਬਿਲਕੁਲ। ਹਾਲੇ ਸਾਨੂੰ ਹੋਰ ਸਿੱਖਾਂ ਨੇ ਵੀ ਇੱਥੇ ਦੱਸਿਆ ਸਰੀ ਦੇ ਵਿੱਚ ਹੀ ਕਿ ਸਰੀ ਦੇ ਵਿੱਚ ਜਿਹੜਾ ਗਰਮੀਆਂ ਦਾ ਜਿਹੜਾ ਤਾਪਮਾਨ ਹੈ ਉਹ ਵੀ ਵੱਧ ਚੁੱਕਾ ਹੋਇਆ ਅਤੇ ਬਰਸਾਤਾਂ ਘਟੀਆਂ ਨੇ ਕੁਛ। ਬਿਲਕੁਲ। ਜਿਹੜੇ ਲਾਸਟ ਈਅਰ ਹੈ ਉਹ ਮੀਂਹ ਘੱਟ ਪਏ ਆ ਜੀ। ਅੱਛਾ ਜੀ। ਚਲੋ ਇਹ ਕਈ ਵਾਰੀ ਹੋ ਜਾਂਦਾ ਕਿ ਮੀਂਹ ਘੱਟ ਘੱਟ ਪੈ ਜਾਂਦੇ ਆ, ਪਰ ਇਹ ਓਵਰਆਲ ਜੇ ਤੁਸੀਂ ਐਵਰੇਜ ਤੌਰ 'ਤੇ ਦੇਖੋ ਇਹ ਫਰਕ ਪੈ ਰਿਹਾ ਜੀ। ਫਰਕ ਸੋ ਮੌਸਮ ਦੇ ਵਿੱਚ ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਤਬਦੀਲੀਆਂ ਆ ਰਹੀਆਂ, ਸੋ ਜਿੱਥੇ ਅਸੀਂ ਨਾਨਕ ਨਾਮ ਲੇਵਾ ਸੰਗਤ ਸਾਰੀ ਸਰਬੱਤ ਦਾ ਭਲਾ ਮੰਗਦੇ ਹਾਂ, ਉੱਥੇ ਵਾਤਾਵਰਨ ਨੂੰ ਬਚਾਉਣਾ ਸਾਡੀ ਪਹਿਲੀ ਜ਼ਿੰਮੇਵਾਰੀ ਆ, ਕਿਉਂਕਿ ਵਾਤਾਵਰਨ ਕਰਕੇ, ਹਵਾ ਪਾਣੀ ਕਰਕੇ ਸਾਡੀ ਐਗਜ਼ਿਸਟੈਂਸ ਹੈ। ਜੇ ਇਹਨੂੰ ਅਸੀਂ ਦੇਖਭਾਲ ਨਹੀਂ ਕੀਤੀ ਤਾਂ ਸਾਡੇ ਜਿਹੜਾ ਸਿੱਖੀ ਦਾ ਪਹਿਲਾ ਫਲਸਫਾ ਨਾਲ ਆਉਂਦਾ, ਪਹਿਲਾ ਸਲੋਕ ਆਉਂਦਾ ਪਵਨ ਗੁਰੂ ਪਾਣੀ ਪਿਤਾ, ਅਸੀਂ ਉਹਦੀ ਡਾਇਰੈਕਸ਼ਨ ਤੋਂ ਬੇਮੁੱਖ ਹੋ ਕੇ ਚੱਲਾਂਗੇ, ਉਹ ਸਾਡੇ ਲਈ ਚੰਗਾ ਨਹੀਂ ਹੈ, ਸਰਬੱਤ ਦੇ ਭਲੇ ਲਈ ਚੰਗਾ ਨਹੀਂ। ਸੋ ਆਓ ਜਿੱਥੇ ਅਸੀਂ ਗੁਰੂ ਨਾਨਕ ਦੇਵ ਜੀ ਦਾ
550 ਗੁਰਪੁਰਬ ਮਨਾਉਣਾ, ਉੱਥੇ ਪਵਨ ਪਾਣੀ ਅਤੇ ਧਰਤੀ ਦੀ ਅਸੀਂ ਸਾਰੇ ਰਲ ਕੇ ਪ੍ਰੋਟੈਕਸ਼ਨ ਕਰੀਏ, ਘਰਾਂ ਦੇ ਵਿੱਚ ਬਿਜਲੀ ਪਾਣੀ ਇਹਦੀ ਖਪਤ ਘਟਾਈਏ, ਅਤੇ ਵੱਧ ਤੋਂ ਵੱਧ ਹਰਿਆਵਲ ਆਪਣੇ ਪਿੰਡਾਂ ਵਿੱਚ ਨੌਜਵਾਨਾਂ ਨੂੰ ਵੀ ਤਿਆਰ ਕਰੀਏ ਜਿਹੜੇ ਇੱਥੇ NRI ਬੈਠੇ ਆ, ਆਪਣੇ ਪਿੰਡਾਂ ਸੁਨੇਹਾ ਭੇਜੋ, ਸਾਡੀਆਂ ਟੀਮਾਂ ਨਾਲ ਕਨੈਕਟ ਕਰਾਓ, ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਅਤੇ ਰੁੱਖ ਲਵਾਵਾਂਗੇ। ਸੋ ਆਓ ਇਸ ਲਹਿਰ ਦੇ ਨਾਲ, 550 ਗੁਰੂ ਦੇ ਨਾਲ ਲਹਿਰ ਦੇ ਨਾਲ ਜੁੜੀਏ ਅਤੇ ਗੁਰਪੁਰਬ ਨੂੰ ਮਨਾਈਏ। ਹਾਂਜੀ ਭਾਅ ਜੀ, ਮੈਂ ਇਹੀ ਐਂਡ 'ਤੇ ਸਿਮਰਤਪਾਲ ਜੀ ਦੀ ਗੱਲ ਨਾਲ ਸਹਿਮਤ ਹੁੰਦਾ ਕਿ ਜਿਹੜਾ ਆਪਣੇ ਪੰਜਾਬ ਦੇ ਵਿੱਚ ਅਗਰ ਕੋਈ ਤ੍ਰਾਸਦੀ ਆ ਰਹੀ ਹੈ, ਉਹਦਾ ਅਸਰ ਵੈਸਟਰਨ ਕੰਟਰੀਜ਼ ਨੂੰ ਵੀ ਭੁਗਤਣਾ ਪੈਣਾ। ਸੋ ਮੈਂ ਇਹ ਕਹਿੰਦਾ ਸਾਰੀ NRI ਵੀਰਾਂ ਨੂੰ ਕਿ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਫੋਨ ਕਰਨ, ਕਾਲਸ ਕਰਨ ਔਰ ਕਹਿਣ ਕਿ ਉੱਥੇ ਆਪਾਂ ਰੁੱਖ ਲਗਾਈਏ, ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਇਹਦੇ ਵਿੱਚ ਪਾਰਟੀਸਪੇਟ ਕਰੀਏ, ਤਾਂ ਕਿ ਉੱਥੋਂ ਚ ਉੱਥੇ ਅਗਰ ਸੁਧਾਰ ਹੋਏਗਾ ਉਹਦਾ ਅਸਰ ਇੱਥੇ ਵੀ ਨਜ਼ਰ ਆਏਗਾ। ਸੋ ਇਹ ਗਲੋਬਲ ਮੁੱਦਾ ਜੀ, ਇੰਨੀ ਗੱਲ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।